ਅੰਮ੍ਰਿਤਸਰ ਦੇ ਸ਼ਕਤੀ ਨਗਰ ਵਿੱਚ ਮਾਤਾ ਰਾਣੀ ਜੀ ਦਾ ਜਾਗਰਣ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਾਗਰਣ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਕੁਲਦੀਪ ਸਿੰਘ ਧਾਰੀਵਾਲ, ਵੇਦ ਪ੍ਰਕਾਸ਼ ਬਬਲੂ, ਰਜਿੰਦਰ ਪਲਾਰ ਲਾਡੀ, ਪ੍ਰਧਾਨ ਨਰਿੰਦਰ ਮਰਵਾਹਾ, ਪ੍ਰਿੰਸ ਰਿਸ਼ੀ ਵੀ ਸ਼ਾਮਲ ਸਨ। ਸੰਗਤਾਂ ਨੇ ਜਾਗਰਣ ਵਿੱਚ ਸ਼ਰਧਾ ਪੂਰਵਕ ਮਾਤਾ ਰਾਣੀ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ। ਸਰ, ਜਿਹੜਾ ਅੱਜ 30ਵਾਂ ਵੈਸ਼ਨੂੰ ਭਜਨੀ ਮੰਡਲ ਵੱਲੋਂ ਜਿਹੜਾ ਚੌਂਕ 'ਚ ਜਗਰਾਤਾ ਕਰਾਇਆ ਜਾ ਰਿਹਾ ਵੈ, ਇਹ ਜਗਰਾਤੇ ਦੇ ਮੈਂ ਬਿੱਟੂ ਭਾਈ ਨੂੰ, ਇਹਨਾਂ ਦੀ ਟੀਮ ਨੂੰ, ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵੈ ਕਿ ਜੋ ਜਗਰਾਤੇ ਦੌਰਾਨ ਜਿਨ੍ਹਾਂ ਲੋਕਾਂ ਵਿੱਚ ਆਪਸ 'ਚ ਕੋਈ ਭਾਈਚਾਰਾ ਨਹੀਂ ਹੁੰਦਾ ਉਹ ਵੀ ਆ ਕੇ ਬੈਠਦੇ ਆ ਅਤੇ ਇਹਨਾਂ ਨਾਲ ਪ੍ਰੇਮ ਪਿਆਰ ਵੱਧਦਾ ਵੈ ਅਤੇ ਜਗਰਾਤੇ ਜਗਤ 'ਚ ਹੁੰਦੇ ਰਹਿੰਦੇ ਆ ਅਤੇ ਜਿਨ੍ਹਾਂ ਕਰਕੇ ਲੋਕਾਂ ਦਾ ਪ੍ਰੇਮ ਵੱਧਦਾ ਰਹਿੰਦਾ ਵੈ। ਵੈਸ਼ਨੂੰ ਭਜਨ ਮੰਡਲੀ ਵੱਲੋਂ 30ਵਾਂ ਸਾਲਾਨਾ ਜਾਗਰਣ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਹੜੀਆਂ ਕਿ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਹਿੱਸਾ ਲੈ ਰਹੀਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ, ਅੰਮ੍ਰਿਤਸਰ ਸ਼ਹਿਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਇਸ ਤਰ੍ਹਾਂ ਹੀ ਸਮਾਜ ਦੇ ਚੰਗੇ ਕੰਮ ਕਰਦੇ ਰਹੋ ਅਤੇ ਕਿਸੇ ਗਲਤ ਪਾਸੇ ਨਾ ਜਾਓ। ਅੱਜ ਕੱਲ੍ਹ ਨਸ਼ੇ ਬੜੇ ਚੱਲਦੇ ਪਏ ਹੈ, ਮਹਾਮਾਰੀ ਵਾਲੇ ਪਾਸੇ ਧਿਆਨ ਰੱਖੋ ਅਤੇ ਕਦੀ ਵੀ ਤੁਹਾਡਾ ਵਾਲ ਨਹੀਂ ਵਿੰਗਾ ਹੋਏਗਾ। ਸਾਡੇ ਵੱਲੋਂ, ਸਾਡੀ ਵੈਸ਼ਨੂੰ ਭਜਨ ਮੰਡਲੀ ਵੱਲੋਂ, ਸਾਰੀ ਸੰਸਥਾ ਨੂੰ, ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ। 30ਵਾਂ ਸਾਲਾਨਾ ਜਾਗਰਣ ਹਰ ਸਾਲ ਦੀ ਤਰ੍ਹਾਂ ਅੱਜ ਮਹਾਮਾਰੀ ਦੀ ਜੋਤ ਜਗਾਈ ਹੈ। ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮੇਰੇ ਜਿੰਨੇ ਵੀ ਸਾਥੀ ਹੈ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਹਾਂ ਜਿਹੜੇ ਕਿ ਮੇਰੇ ਨਾਲ ਚੱਲ ਕੇ ਮੇਰਾ ਸਾਥ ਦਿੰਦੇ ਨੇ। ਅੱਜ ਅਸੀਂ ਸ਼ਕਤੀ ਨਗਰ ਦੇ ਵਿੱਚ ਵੈਸ਼ਨੂੰ ਭਜਨ ਮੰਡਲੀ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਜਾਗਰਣ ਦੇ ਵਿੱਚ ਹਿੱਸਾ ਲਿਆ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਹ ਜਿਹੜੇ ਮਹੀਨੇ ਆ ਇਹ ਖੁਸ਼ੀਆਂ ਦੇ ਦਿਨ ਹੁੰਦੇ ਆ। ਨਰਾਤੇ ਜਿੱਥੇ ਹੁਣ ਸ਼ੁਰੂ ਹੁੰਦੇ, ਫਿਰ ਦੁਸਹਿਰਾ ਆ ਰਿਹਾ, ਦੀਵਾਲੀ ਆ ਰਹੀ ਹੈ। ਸਾਡੀ ਕਾਮਨਾ ਹੈ ਸਭ ਦੀ ਕਿ ਪਰਮਾਤਮਾ ਸਮੁੱਚੀ ਦੁਨੀਆ ਦੇ ਉੱਤੇ ਸੁੱਖ ਸ਼ਾਂਤੀ ਰੱਖੇ, ਸਭ ਦੀਆਂ ਲੰਮੀਆਂ ਉਮਰਾਂ ਕਰੇ, ਸਭ ਨੂੰ ਪਰਮਾਤਮਾ ਆਪਣੇ ਨਾਲ ਜੋੜੇ, ਸਭ ਨੂੰ ਗੁਰੂ ਮਹਾਰਾਜ ਦੀ ਲਗਨ ਜਿਹੜੀ ਹੈ ਉਹ ਲੱਗਣੀ ਚਾਹੀਦੀ ਹੈ, ਸੁੱਖ ਸ਼ਾਂਤੀ ਜਿਹੜੀ ਹੈ ਹੋਣੀ ਚਾਹੀਦੀ ਹੈ, ਸਮਾਜ ਦੇ ਵਿੱਚ ਜਿਹੜੀ ਆਪਸੀ ਭਾਈਚਾਰਾ ਉਹ ਮਜ਼ਬੂਤ ਹੋਣਾ ਚਾਹੀਦਾ, ਨਫ਼ਤ ਜਿਹੜੀ ਹੈ ਉਹ ਦੂਰ ਹੋਣੀ ਚਾਹੀਦੀ ਹੈ, ਨਫ਼ਤ ਦੇ ਬੀਜ ਜਿਹੜੇ ਖਤਮ ਹੋਣੇ ਚਾਹੀਦੇ ਆ। ਸੋ ਇਹ ਕਾਮਨਾ ਕਰਨ ਅਸੀਂ ਆਏ ਹਾਂ, ਇੱਥੇ ਆ ਕੇ ਅਸੀਂ ਪਰਮਾਤਮਾ ਦੇ ਲੜ ਲੱਗੇ ਹਾਂ ਔਰ ਅਸੀਂ ਸਭ ਨੂੰ ਵਧਾਈ ਦਿੰਦੇ ਇਸ ਮੌਕੇ ਦੇ ਉੱਤੇ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਦਿਨ ਜਿਹੜੇ ਸਭ ਲਈ, ਸਭ ਭਾਈਚਾਰੇ ਲਈ, ਸਾਰੇ ਭਾਈਚਾਰੇ ਲਈ, ਸਾਰੇ ਦੁਨਿਆਵੀ ਸੰਸਾਰ ਲਈ ਬਹੁਤ ਜਿਹੜੇ ਵਧੀਆ ਦਿਨ ਸਾਬਤ ਹੋਣ, ਜ਼ਿੰਦਗੀ ਦੇ ਖੁਸ਼ੀਆਂ ਭਰਪੂਰ ਹੋਣ, ਸਭ ਦੇ ਕਾਰੋਬਾਰ ਵਧਣ, ਸੁੱਖ ਸ਼ਾਂਤੀ ਹੋਏ, ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਜਿਹੜਾ ਵਧੇ, ਇਹ ਕਾਮਨਾ ਕਰਨ ਅਸੀਂ ਆਏ ਹਾਂ। ਇਹ ਆਸ਼ੀਰਵਾਦ ਅਸੀਂ ਲਿਆ, ਅਸੀਂ ਵੀ ਆਪਣੀ ਪਾਰਟੀ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਇੱਕ ਆਸ਼ੀਰਵਾਦ ਲੈ ਕੇ ਚੱਲੇ ਕਿ ਪਰਮਾਤਮਾ ਸਾਨੂੰ ਚੰਗੇ ਕੰਮਾਂ ਦੇ ਵਿੱਚ, ਚੰਗੇ ਕੰਮਾਂ ਦੇ ਨਾਲ ਨਾਲ ਸਮਾਜ ਦੀ ਚੰਗੀ ਸੇਵਾ ਕਰਨ ਦੇ ਵਿੱਚ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਅਕਲ ਬਖਸ਼ੇ। ਅਸੀਂ ਸਾਰੇ ਉਹ ਯੋਗ ਉਪਰਾਲੇ ਕਰੀਏ ਜਿਹਦੇ ਨਾਲ ਸਾਡਾ ਸਮੁੱਚਾ ਭਾਰਤੀ ਭਾਈਚਾਰਾ ਜਿਹੜਾ ਉਹ ਮਜ਼ਬੂਤ ਹੋਵੇ। ਇਹ ਅੱਜ ਦਾ ਇੱਥੋਂ ਅਸੀਂ ਮੈਸੇਜ ਜਿਹੜਾ ਮਹਾਰਾਜ ਦੇ ਘਰੋਂ ਲਿਆ।